ਤੇ ਜੇ ਸਾਡਾ ਮਨ ਤ੍ਰੈਗੁਣ ਮਾਇਆ ਦੇ ਵਿੱਚ ਫਸਿਆ ਆ ਤਾਂ ਪਤਾ ਨਹੀਂ ਉਹ ਬ੍ਰਹਮ ਗਿਆਨੀ ਨੇ ਕਿਹੜੀਆਂ ਕਿਹੜੀਆਂ ਗੱਲਾਂ ਕਰ ਜਾਣੀਆਂ ਜੋ ਸਾਡੇ ਸਿਰ ਦੇ ਉੱਪਰ ਦੇ ਲੰਘ ਜਾਣੀਆਂ, ਪਤਾ ਵੀ ਨਹੀਂ ਲੱਗਣਾ। ਬਹੁਤ ਸੰਗਤਾਂ ਸਵਾਲ ਕਰਦੀਆਂ ਕਿ ਜੋ ਬ੍ਰਹਮ ਗਿਆਨੀ ਦੇ ਲੱਛਣ ਹੁੰਦੇ ਉਹ ਕਿਵੇਂ ਸਾਨੂੰ ਪਤਾ ਲੱਗੇ ਕਿ ਇਹ ਬ੍ਰਹਮ ਗਿਆਨੀ ਆ। ਹੁਣ ਅਸੀਂ ਇਹਨਾਂ ਦੀ ਸੰਗਤ ਕਰੀਏ, ਕਿਉਂਕਿ ਆਪਾਂ ਸੰਸਾਰ ਦੇ ਵਿੱਚ ਵੇਖਦੇ ਹਾਂ ਕਿ ਬਹੁਤ ਤਰ੍ਹਾਂ ਦੇ ਲੋਕ ਨੇ ਜੋ ਆਪਣੇ ਆਪ ਨੂੰ ਸੰਤ ਕਹਿੰਦੇ ਨੇ, ਪਰ ਜਦੋਂ ਆਪਾਂ ਉਹਨਾਂ ਦੇ ਅੰਦਰ ਝਾਤੀ ਮਾਰਦੇ ਹਾਂ ਅੰਦਰੋਂ ਸਾਨੂੰ ਕੁਛ ਵੀ ਮਿਲਦਾ ਨਹੀਂ, ਸਿਰਫ ਬਾਹਰੀ ਰੂਪ ਦੇ ਵਿੱਚ ਹੀ ਉਹ ਸੰਤ ਬਣੇ ਆ। ਜੋ ਬ੍ਰਹਮ ਗਿਆਨੀ ਦੀ ਮਰੇ ਪਰਿਭਾਸ਼ਾ ਦੱਸਦੇ ਆ ਉਹ ਮਰੇ ਦੋ ਤਿੰਨਾਂ ਸ਼ਬਦਾਂ ਦੇ ਵਿੱਚ ਕਲੀਅਰ ਕਰ ਦਿੰਦੇ ਆ। ਹੁਣ ਜੇ ਤੁਹਾਨੂੰ ਕਦੇ ਵੀ ਕਿਤੇ ਅਜਿਹਾ ਇਨਸਾਨ ਜੀਵ ਮਿਲੇ ਤਾਂ ਸਮਝ ਜਾਣਾ ਕਿ ਉਹ ਬ੍ਰਹਮ ਗਿਆਨੀ ਹੈ। ਮਰੇ ਕਹਿੰਦੇ ਮਨ ਸੱਚਾ ਮੁਖ ਸੱਚਾ ਸੋਏ ਅਵਰਨ ਅਪੇਖੇ ਏਕਸ ਬਿਨ ਕੋਈ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਮਰੇ ਕਹਿੰਦੇ ਮਨ ਸੱਚਾ ਮੁਖ ਸੱਚਾ ਸੋਏ, ਕਹਿੰਦੇ ਜੈਸ ਜੀਵ ਦੇ ਮਨ ਦੇ ਵਿੱਚ ਉਹ ਸੱਚ ਆ ਕੇ ਵਸ ਗਿਆ। ਵਾਹਿਗੁਰੂ ਜੀ, ਇੱਕ ਤਾਂ ਆਪਾਂ ਸੱਚ ਨੂੰ ਛੇਤੇ ਕਰਦੇ ਹਾਂ, ਇੱਕ ਅਗਲੀਆਂ ਅਵਸਥਾਵਾਂ ਬਣਦੀਆਂ ਜਿੱਥੇ ਜੀਵ ਉਸ ਸੱਚ ਨੂੰ ਜਾ ਕੇ ਪ੍ਰਾਪਤ ਵੀ ਕਰ ਲੈਂਦਾ। ਜਦੋਂ ਉਹ ਸੱਚ ਪਰਮਾਤਮਾ ਉਸ ਜੀਵ ਦੇ ਮਨ ਦੇ ਵਿੱਚ ਆ ਕੇ ਵਸ ਜਾਂਦਾ, ਹੁਣ ਉਹਦੇ ਮਨ ਦੇ ਵਿੱਚ ਸੱਚ ਆ। ਮਹਾਰੇ ਕਹਿੰਦੇ ਮੁੱਖ ਸੱਚਾ ਸੋਏ, ਉਹਦੇ ਮੁੱਖ ਦੇ ਵਿੱਚੋਂ ਵੀ ਸੱਚ ਹੀ ਨਿਕਲੂਗਾ, ਝੂਠ ਤਾਂ ਕਿਤੇ ਰਿਹਾ ਹੀ ਨਹੀਂ। ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਸਾਰਾ ਕੁਝ ਨਾਸ਼ ਹੋ ਗਿਆ। ਹੁਣ ਕੀ ਰਹਿ ਗਿਆ? ਮਨ ਸੱਚਾ ਮੁੱਖ ਸੱਚਾ, ਰਸਨਾ ਵੀ ਸੱਚ ਬੋਲਦੀ ਆ, ਅੱਖਾਂ ਵੀ ਸੱਚ ਵੇਖਦੀਆਂ, ਕੰਨ ਵੀ ਸੱਚ ਸੁਣਦੇ, ਹਰ ਪਾਸੇ ਸੱਚ ਹੀ ਸੱਚ ਹੋ ਗਿਆ। ਅੱਛਾ ਜੀ, ਅਵਰਨ ਅਪੇਖੇ ਏਕਸ ਬਿਨ ਕੋਏ, ਇਹ ਸਭ ਤੋਂ ਵੱਡਾ ਪੁਆਇੰਟ ਆ ਕਿ ਉਹ ਇੱਕ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਵੇਖਦਾ, ਕਿਸੇ ਹੋਰ ਦੀ ਵਡਿਆਈ ਵੀ ਨਹੀਂ ਕਰਨੀ ਉਹਨੇ, ਕਿਉਂਕਿ ਉਹਨੇ ਇੱਕ ਉਸ ਨੂੰ ਹਾਸਲ ਕਰ ਲਿਆ ਜੋ ਨਿਰਭਉ ਅਤੇ ਨਿਰਵੈਰ ਆ। ਤਾਂ ਕਰਕੇ ਮਹਾਰਾਜ ਕਹਿੰਦੇ ਜਿਹੜਾ ਬ੍ਰਹਮ ਗਿਆਨੀ ਆ ਉਹਦੇ ਵਿੱਚ ਇਹ ਲੱਛਣ ਹੋਣਗੇ। ਉਸ ਤੋਂ ਬਾਅਦ ਜੇ ਤੁਸੀਂ ਹੋਰ ਡਿਟੇਲ 'ਚ ਪੜ੍ਹਨਾ ਚਾਹੁੰਦੇ ਆ ਤਾਂ ਤੁਸੀਂ ਸੰਗਤ ਜੀ ਸੁਖਮਨੀ ਸਾਹਿਬ ਜੀ ਦੀ ਅੱਠਵੀਂ ਅਸ਼ਟਪਦੀ ਆ, ਬ੍ਰਹਮ ਗਿਆਨੀ ਦੇ ਲੱਛਣ ਦੱਸੇ ਹੋਏ ਆ, ਤੁਸੀਂ ਉਹ ਪੜ੍ਹ ਸਕਦੇ ਆ। ਤੁਹਾਨੂੰ ਜੇ ਇਹ ਲੱਛਣ ਕਿਤੇ ਵੀ ਕਿਸੇ ਵੀ ਜੀਵ ਦੇ ਵਿੱਚ ਦਿਖਾਈ ਦੇਣ ਤਾਂ ਉਸ ਦੇ ਨਾਲ ਬੈਠ ਕੇ ਆਪਣੇ ਮਨ ਦੀ ਅਵਸਥਾ ਜੋ ਹੈ ਉਹਦਾ ਜ਼ਿਕਰ ਕਰੋ, ਨਾਮ ਸਿਮਰਨ ਦੀਆਂ ਵਿਚਾਰਾਂ ਕਰੋ, ਉਸ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਵਿਚਾਰਾਂ ਕਰੋ, ਕਿਉਂਕਿ ਉਹ ਜੀਵ ਤੁਹਾਡੇ ਨਾਲ ਸਿਰਫ ਉਸ ਇੱਕ ਪਰਮਾਤਮਾ ਦੀ ਹੀ ਗੱਲ ਕਰੇਗਾ। ਤੇ ਜੇ ਸਾਡਾ ਮਨ ਤ੍ਰੈਗੁਣ ਮਾਇਆ ਦੇ ਵਿੱਚ ਫਸਿਆ ਆ ਤਾਂ ਪਤਾ ਨਹੀਂ ਉਹ ਬ੍ਰਹਮ ਗਿਆਨੀ ਨੇ ਕਿਹੜੀਆਂ ਕਿਹੜੀਆਂ ਗੱਲਾਂ ਕਰ ਜਾਣੀਆਂ ਜੋ ਸਾਡੇ ਸਿਰ ਦੇ ਉੱਪਰ ਦੇ ਲੰਘ ਜਾਣੀਆਂ, ਪਤਾ ਵੀ ਨਹੀਂ ਲੱਗਣਾ। ਸਾਡੇ ਨਾਲ ਇੱਦਾਂ ਬਹੁਤ ਹੋਈ ਆ ਕਿ ਜਦੋਂ ਆਪਾਂ ਕਿਸੇ ਸੰਤ ਮਹਾਂਪੁਰਸ਼ਾਂ ਦੀ ਮੰਡਲੀ ਵਿੱਚ ਜਾ ਕੇ ਬਹਿੰਦੇ ਹਾਂ, ਸਭਾ ਦੇ ਵਿੱਚ ਜਾ ਕੇ ਸੰਗਤ ਦੇ ਵਿੱਚ ਜਾ ਕੇ ਬਹਿੰਦੇ ਹਾਂ, ਸੰਤ ਮਹਾਂਪੁਰਸ਼ ਪਤਾ ਨਹੀਂ ਕਿਹੋ ਜਿਹੀ ਗੱਲ ਕਰ ਜਾਂਦੇ ਆ ਜੋ ਆਪਣੇ ਇੱਥੋਂ ਸਿਰ ਦੇ ਉੱਪਰ ਦੀ ਲੰਘ ਜਾਂਦੀ ਹੈ। ਅਤੇ ਜੇ ਸਾਡੇ ਮਨ ਦੇ ਵਿੱਚ ਵੀ ਸੱਚ ਵਸਿਆ ਹੋਵੇ ਜੋ ਉਹ ਸੰਤ ਮਹਾਂਪੁਰਸ਼ ਬ੍ਰਹਮ ਗਿਆਨੀ ਕਹਿੰਦੇ ਆ, ਉਹ ਸਾਡੇ ਕੰਨ ਸੁਣਨਗੇ। ਜਦੋਂ ਕੰਨ ਸੁਣਨਗੇ ਤਾਂ ਮਨ ਸਾਡਾ ਮੰਨੂਗਾ। ਬ੍ਰਹਮ ਗਿਆਨੀ ਦੇ ਲੱਛਣ ਹੁੰਦੇ ਨੇ ਕਿ ਉਹਦੇ ਅੰਦਰ ਵੀ ਸੱਚ ਵਸਿਆ ਹੈ, ਉਹਦੀ ਰਸਨਾ 'ਤੇ ਵੀ ਸੱਚ ਆ, ਬਾਹਰ ਵੀ ਸੱਚ ਆ। ਨਾ ਪੇਖਿਆ ਏਕਸ ਬਿਨ ਕੋਏ, ਇਹਦਾ ਮਤਲਬ ਇਹ ਨਹੀਂ ਕਿ ਉਹ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਨੂੰ ਸੰਸਾਰ ਨੂੰ ਨਹੀਂ ਵੇਖਦਾ ਪਿਆ। ਸੰਸਾਰ 'ਤੇ ਕੰਮਕਾਰ ਕਰੂਗਾ ਪਰ ਸੰਸਾਰ ਨੂੰ ਵੇਖਣ ਤੋਂ ਪਹਿਲਾਂ ਹੀ ਉਹ ਮਾਲਕ ਨੂੰ ਵੇਖੂਗਾ। ਇਹ ਆ ਜੀ ਏਕਸ ਬਿਨ ਕੋਏ, ਜਦੋਂ ਵੀ ਕੋਈ ਪਰੇਸ਼ਾਨੀ ਕੋਈ ਸੁੱਖ ਦੁੱਖ ਦੀ ਗੱਲ ਹੋਈ ਉਹ ਇੱਕ ਦੇ ਨਾਲ ਕਰੂਗਾ ਜਾ ਕੇ।
ਤਾਂ ਕਰਕੇ ਮਹਾਰਾਜ ਕਹਿੰਦੇ ਅਵਰ ਨਾ ਪੇਖੇ ਇੱਕ ਦਿਨ ਕੋਈ। ਹੁਣ ਜਦੋਂ ਇੱਥੇ ਕਿਸੇ ਦਾ ਕੋਈ ਮੁੰਡੇ ਜਾਂ ਕੁੜੀ ਦਾ ਆਪਸ ਵਿੱਚ ਪ੍ਰੇਮ ਪੈ ਜਾਂਦਾ ਤਾਂ ਉਹ ਸੰਸਾਰ ਦੇ ਵਿੱਚ ਤਾਂ ਵਿਚਰਦੇ, ਪਰ ਫਿਰ ਵੀ ਆਪਾਂ ਕਹਿ ਦਿੰਦੇ ਹਾਂ ਤੈਨੂੰ ਉਹਦੇ ਤੋਂ ਬਿਨਾਂ ਕੋਈ ਦਿਖਾਈ ਨਹੀਂ ਦਿੰਦਾ, ਤੈਨੂੰ ਉਹਦੇ ਤੋਂ ਬਿਨਾਂ ਕੋਈ ਹੋਰ ਸੋਚਦਾ ਨਹੀਂ ਪਿਆ, ਕਿਉਂਕਿ ਜਿਹੜਾ ਧਿਆਨ ਆ ਉਹ ਕਿੱਥੇ ਚਲਾ ਗਿਆ, ਉਹ ਇੱਕ ਦੇ ਵਿੱਚ ਚਲਾ ਗਿਆ। ਇਹ ਲੱਛਣ ਬ੍ਰਹਮ ਗਿਆਨੀਆਂ ਦੇ ਹੁੰਦੇ ਨੇ, ਬੜੇ ਹੀ ਭਾਗਾਂ ਦੇ ਨਾਲ ਇਹ ਲੱਛਣ ਇੱਕ ਜੀਵ ਦੇ ਵਿੱਚ ਆਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।